ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਹਾਂ ਮਨਵੀਰ ਸੱਬਰਵਾਲ ਅੱਜ ਜਲੰਧਰ ਦੇ ਦਿਹਾਤ ਏਰੀਏ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਮਜਬੂਰਨ ਕਿਸਾਨਾਂ ਨੂੰ ਜੜਾ ਪਰਾਲੀ ਨੂੰ ਅੱਗ ਲਾਣਾ ਪੈ ਰਿਹਾ ਕਿਉਂਕਿ ਸਰਕਾਰ ਨੂੰ ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਇੱਕ ਕੀਤਾ ਦੇ ਵਿੱਚੋਂ ਪ੍ਰਾਲੀ ਚੱਕਣ ਦਾ ਜੜਾ ਖਰਚ ਹੈਗਾ ਉਹ 7 ਤੋਂ 8000 ਰੁਪਏ ਦੇ ਕਰੀਬ ਆਂਦਾ ਹੈ ਤੇ ਸੁਸਾਇਟੀਆਂ ਵੱਲੋਂ ਜਿਹੜੇ ਮਸ਼ੀਨਰੀ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਵੀ ਉਹਨਾਂ ਦੀ ਵਾਰੀ ਜੜੀ ਨਹੀਂ ਆ ਰਹੀ ਜਿਸ ਕਾਰਨ ਜੜੀ ਅਗਲੀ ਫਸਲ ਜੜੀ ਆਲੂ ਦੀ ਫਸਲ ਬੀਜਣੀ ਹੈ ਉਹ ਬੀਜਣ ਦੇ ਲਈ ਉਹਨਾਂ ਨੂੰ ਕਾਫੀ ਜੜਾ ਨੁਕਸਾਨ ਜਿਹੜਾ ਹੋ ਜਾਂਦਾ ਜਿਸ ਕਾਰਨ ਉਹਨਾਂ ਨੂੰ ਮਜਬੂਰਨ ਜੜੀ ਪ੍ਰਾਲੀ ਨੂੰ ਅੱਗ ਲਗਾਨੀ ਪੈ ਰਹੀ ਹੈ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਕਿਸ ਤਰ੍ਹਾਂ ਦੇ ਹਾਲਾਤ ਜੜੇ ਬਣੇ ਹੋਏ ਨੇ ਕਿ ਮਜਬੂਰੀ ਦੇ ਵਿੱਚ ਜੜੇ ਕਿਸਾਨ ਵੀਰੇ ਉਹਨਾਂ ਨੂੰ ਪ੍ਰਾਲੀ ਨੂੰ ਅੱਗ ਲਗਾਨੀ ਪੈ ਰਹੀ ਹੈ ਜਲੰਧਰ ਦੇ ਦਿਹਾੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਪਾਂ ਵੀ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਜੜਾ ਪ੍ਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿੱਥੇ ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਨੇ ਕਿ ਪ੍ਰਾਲੀ ਦੇ ਸਾੜਨ ਦੇ ਨਾਲ ਪੋਲੂਸ਼ਨ ਜਿਹੜਾ ਵੱਧਦਾ ਹੈ ਧੂਆਂ ਵੱਧਦਾ ਜਿਸ ਦੇ ਕਾਰਨ ਬਿਮਾਰੀਆਂ ਜੜੀਆਂ ਵੱਧਦੀਆਂ ਹਨ ਪਰ ਉੱਥੇ ਕਿਸਾਨ ਵੀਰ ਜਿਹੜੇ ਆ ਬਾਰ-ਬਾਰ ਜਿਹੜੇ ਕਹਿੰਦੇ ਨਜ਼ਰ ਆ ਰਿਹਾ ਕਿ ਉਹਨਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਕਿ ਪ੍ਰਾਲੀ ਨੂੰ ਜਿਹੜਾ ਅੱਗ ਲਗਾਉਣਾ ਪੈਂਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਜੜੇ ਹਾਲਾਤ ਜੜੇ ਬਣੇ ਪਏ ਨੇ ਜੇ ਅੱਜ ਦੇ ਅੱਜ ਦੇ ਜਿਹੜਾ AQI ਦੀ ਰਿਪੋਰਟ ਜਿਹੜੀ ਚੈੱਕ ਕੀਤੀ ਜਾਵੇ ਉਸ ਦੇ ਵਿੱਚ ਵੀ ਜੜੀ ਪੂਰ ਜਿਹੜੀ ਰਿਪੋਰਟ ਆਈ ਹੈ ਜਿਸ ਦੇ ਵਿੱਚ 700 ਤੋਂ ਜ਼ਿਆਦਾ ਜੜਾ ਹੋਇਆ ਪਿਆ ਕਿਸਾਨ ਵੀਰ ਵੀ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾ ਰਿਹਾ ਵੀ ਕਿਸ ਤਰ੍ਹਾਂ ਦੇ ਹਾਲਾਤ ਜਲੰਧਰ ਦੇ ਵੱਖ-ਵੱਖ ਏਰੀਏ ਦੇ ਵਿੱਚ ਦਿਆਤ ਏਰੀਏ ਦੇ ਵਿੱਚ ਬਣੇ ਹੋਏ ਨੇ ਇਰਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਕੀ ਕਾਰਨ ਰਹਿੰਦਾ ਜਿਹੜਾ ਟਰਾਲੀ ਨੂੰ ਅੱਗ ਲਾਣੀ ਪੈਂਦੀ ਹੈ ਦੇਖੋ ਜੀ ਸਰਕਾਰਾਂ ਦੀ ਕਮੀ ਹੈ ਇਸ ਗੱਲ ਦੀ ਜਦੋਂ ਸਰਕਾਰਾਂ ਆਪਣੇ ਦਾਇਰੇ 'ਚ ਆਉਂਦੀਆਂ ਉਸ ਟਾਈਮ ਜ਼ਿੰਮੇਵਾਰ ਭੁੱਲ ਜਾਂਦੇ ਆ ਹੁਣ ਇਸ ਵਾਰ ਬਣਿਆ ਪ੍ਰੋਬਲਮ ਵੀ ਕੁਝ ਸਮਾਂ ਲੋਕਾਂ ਨੇ ਇਕੱਠੀ ਕੀਤੀ ਹੈ ਟਰਾਲੀ ਹੁਣ ਕੀ ਹੋਇਆ ਵੀ ਖੇਤ ਛੋਟੇ ਹੋ ਗਏ ਉਹਨਾਂ ਦਾ ਵੀ ਗੁਜ਼ਾਰਾ ਨਿਕਾ ਟਰਾਲੀਆਂ ਵਾਲਿਆਂ ਦਾ ਜਿਹੜਾ ਚੱਕੇ ਖੜਦੇ ਆ ਹਨਾ ਤੇ ਉਹਦੇ ਕਰਕੇ ਕੀ ਹੋਇਆ ਵੀ ਪ੍ਰੋਬਲਮ ਸਰਵ ਕੰਪਲੀਟ ਨਹੀਂ ਹੋ ਸਕੀ ਹੁਣ ਕੀ ਹੋਇਆ ਵੀ ਸਰਕਾਰਾਂ ਪਰਚੇ ਕਹਿ ਰਹੀਆਂ ਕਰਨ ਨੂੰ ਪਰ ਗੱਲ ਇਹ ਕਿ ਕਦੀ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਆ ਜਾਂ ਮੁੱਖ ਮੰਤਰੀ ਸਾਹਿਬ ਕਦੀ ਆਪਣੇ ਡਿਸਟ੍ਰਿਕਟਾਂ ਦੇ ਵਿੱਚ ਆਉਣ ਜ਼ਿਮੀਂਦਾਰਾਂ ਦਾ ਇਕੱਠ ਹੋਵੇ ਜ਼ਿਮੀਂਦਾਰਾਂ ਦੀਆਂ ਪ੍ਰੋਬਲਮਾਂ ਕੀਤੀਆਂ ਜਾਣ ਹੱਲ ਜਦ ਕਿ ਪ੍ਰੋਬਲਮਸ ਹੋਰ ਕਿਸੇ ਤੋਂ ਵੀ ਨਹੀਂ ਹੋਈ ਪਹਿਲਾਂ ਇਹ ਉਹ ਵੀ ਇਦਾਂ ਲਾ 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 ਹੁੰਦੀ ਚਲੀ ਗਈ ਹੁਣ ਦੇ ਵਾਰੀ ਆਇਆ ਤਾਂ ਉਹ ਹੁਣ ਵੀ ਉਹੀ ਹਾਲ ਹੈਗਾ ਜਿਮੀਦਾਰ ਨੂੰ ਸਾਰੇ ਪਾਸਿਆਂ ਤੋਂ ਮਾਰੀ ਮਾਰਿਆ ਉਹ ਰੱਬ ਕਿੰਨਾ ਖਰਚਾ ਇੱਕ ਖੇਤ ਤੇ ਆ ਜਾਂਦਾ ਪਰਾਲੀ ਚੱਕਣ ਦਾ ਪਰਾਲੀ ਚੱਕਣ ਦਾ ਜੀ ਘੱਟ ਤੋਂ ਘੱਟ 3000 ਤੋਂ ਲੈ ਕੇ 5000 ਰੁਪਏ ਖਰਚਾ ਆਇਆ ਜੀ ਤਾਂ ਸਰਕਾਰ ਵੱਲੋਂ ਕੋਈ ਵੀ ਸਹੂਲਤ ਨਹੀਂ ਜੀ 0 0 ਸਰਕਾਰ ਕਹਿੰਦੀ ਮਸ਼ੀਨਰੀ ਦਿੱਤੀ ਜਾਂਦੀ ਹੈ ਸਾਰਾ ਲੋਕਾਂ ਨੇ ਕੰਮ ਕਰਨ ਦੇ ਲਈ ਮਸ਼ੀਨਰੀ ਲਈ ਆ ਹੁਣ ਉਹਦੇ ਵਿੱਚ ਕੀ ਹੈਗਾ ਵੀ ਟਰਾਲੀਆਂ ਵੱਡੀਆਂ ਆ ਰੋਡਾਂ ਦੇ ਉੱਤੇ ਲੈ ਕੇ ਜਾਣਾ ਜਾਂ ਤੋਂ ਡੰਪ ਕਰਨ ਨੂੰ ਹਲਕੇ ਹਲਕੇ ਦੇ ਵਿੱਚ ਕੰਡੇ ਤਾਂ ਉਹ ਦੰਬ ਕਰਨ ਨੂੰ ਦਿੱਤਾ ਜਾਵੇ ਜੀਮੀਦਾਰ ਥੋੜਾ ਸੌਖਾ ਹੋ ਸਕੇ ਹੈਨਾ ਹੁਣ ਜੇ ਲੈ ਕੇ ਜਾਣੀ ਹੋਵੇ ਜਲੰਧਰ ਤਾਂ ਜਲੰਧਰ ਲੈ ਕੇ ਜਾਣੀ ਹੋਵੇ ਕਿੰਨੇ ਰੋਡ ਦੇ ਉੱਪਰ ਆਵਾਜਾਈ ਹੈਗੀ ਆ ਤਾਂ ਸਾਰੇ ਉਹ ਮੁਸ਼ਕਲ ਦੇ ਵਿੱਚ ਆ ਰਹੇ ਆ ਪਰ ਉਹ ਬਾਰ ਬਾਰ ਕੰਡੇ ਦੇ ਧੂਏ ਦੇ ਨਾਲ ਜਿਹੜੀਆਂ ਬਿਮਾਰੀਆਂ ਫੈਲਦੀਆਂ ਐ ਐਕਸੀਡੈਂਟ ਹੁੰਦੇ ਕਈ ਸਵਾਲ ਖੜੇ ਕਰ ਪਰ ਗੱਲ ਇਹ ਹੈ ਜਿਹੜੇ ਫੈਕਟਰੀਆਂ ਨੂੰ ਮਾਲ ਹੁਣ ਗਏ ਆ ਉਹ ਉਹ ਜਿਹੜੇ ਮਾਲ ਆ ਉਹ ਵੀ ਤਾਂ ਇੱਕ ਗੱਲ ਹੈ ਉਹ ਵੱਲ ਨਹੀਂ ਆ ਨਾ ਧੂਆਂ ਹੁਣਾ ਹੀ ਆ ਉਹਦਾ ਵੀ ਜੀ ਜੀ ਤੈਨ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਪ ਅਪੀਲ ਇਹ ਹੈ ਬਈ ਸਰਕਾਰਾਂ ਨੂੰ ਇਹ ਚਾਹੀਦਾ ਬਈ ਪੰਜਾਂ ਪੰਜਾਂ ਸਤਨਾ ਸਤਾਂ ਪਿੰਡਾਂ ਦੇ ਵਿੱਚ ਕੰਡੇ ਲਾਏ ਜਾਣ ਤੇ ਨਿਰਵਿਗਨ ਇਹ ਇਹਦੀ ਚੁਕਾਈ ਕੀਤੀ ਜਾਵੇ ਨਹੀਂ ਜ਼ਿਮੀਦਾਰ ਆਵ ਕਰਨ ਤਿੰਨ ਤੋਂ ਲੈ ਕੇ 5000 ਰੁਪਏ ਉਹਨਾਂ ਨੂੰ ਜ਼ਿਮੀਦਾਰਾਂ ਨੂੰ ਖੇਤ ਪਿੱਛੇ ਪਟਵਾਰੀ ਸਾਹਿਬ ਉਹਦੀ ਗਰਦੌਰੀ ਕਰਨ ਉਹਨਾਂ ਖੇਤਾਂ ਦਾ ਹਰ ਇੱਕ ਜ਼ਿਮੀਦਾਰ ਨੂੰ ਮਿਲੇ ਉਹਨੂੰ ਮਿਲੇ ਜਿਹੜਾ ਠੇਕੇ ਤੇ ਬੋਂਦਾ ਨਾ ਕਿ ਉਹ ਮਾਲਕ ਨੂੰ ਮਿਲੇ ਜੀ ਬਿਲਕੁਲ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਗੱਲ ਕੇ ਬਾਤ ਕੀਤੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਹਾਂ ਕੀ ਮਜਬੂਰੀ ਦੇ ਵਿੱਚ ਹੀ ਜਿਹੜਾ ਇਹਨਾਂ ਨੂੰ ਪਰਾਲੀ ਨੂੰ ਅੱਗ ਲਾਉਣਾ ਪੈਂਦਾ ਹੈ ਕਿਉਂਕਿ ਇੱਕ ਖੇਤ ਦੇ ਉੱਪਰ 5000 ਤੋਂ ਜ਼ਿਆਦਾ ਦਾ ਖਰਚਾ ਜਿਹੜਾ ਕਿਸਾਨ ਵੀਰ ਦੱਸਦੇ ਨੇ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਫਸਲ ਵੀ ਹੁੰਦੀ ਹੈ ਉਹ ਵੀ ਕਿਤੇ ਨਾ ਕਿਤੇ ਲੇਟ ਹੋ ਜਾਂਦੀ ਹੈ ਜਿਸ ਤੇ ਕਾਰਨ ਉਹਨਾਂ ਨੂੰ ਕਾਫੀ ਨੁਕਸਾਨ ਚੇਲਣਾ ਪੈਂਦਾ ਹੈ ਹੋਰ ਵੀ ਕਿਸਾਨ ਵੀਰ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਵਾਲ ਉਹੀ ਹੈ ਵੀ ਪਰਾਲੀ ਨੂੰ ਅੱਗ ਕਿਉਂ ਲਗਾਣੀ ਪੈਂਦੀ ਹੈ ਬਾਰ ਬਾਰ ਇਹ ਹੋਈ ਆ ਵੀ ਇਹ ਸਰਕਾਰ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਵੀ ਇਹੋ ਰੌਲਾ ਪਾਇਆ ਪਰਾਲੀ ਕੋ ਹੁਣ ਇਤਨਾ ਜੋਨਾ ਲਗਾਤਾ ਝੋਨਾ ਤੋਂ ਲੈ ਜਾਂਦੇ ਆ ਝੋਨਾ ਤਾਂ ਅੱਛਾ ਲੱਗਦਾ ਹੈ ਪਰਾਲੀ ਜਿਹੜੀ ਉਹ ਕਿਸ ਨੇ ਸਾਹਮਣਾ ਹੈ ਉਹ ਵੀ ਬੋਲੇ ਨਾ ਜੇ ਝੋਨਾ ਵੀ ਲੈਤੇ ਆ ਥੋੜਾ ਜਿਹਾ ਪਰਾਲੀ ਵੀ ਸਾਡਾ ਮਸਲਾ ਹੱਲ ਕਰ ਦੇਣਾ ਝੋਨਾ ਵੀ ਲੈਤੇ ਆ ਥੋੜਾ ਪਰਾਲੀ ਦਾ ਵੀ ਮਾਫਜਾ ਦੇ ਦੇਣ ਸੀ ਵੀ ਕਿਸ ਤਰ੍ਹਾਂ ਪਰਾਲੀ ਕੋ ਅਗਨੇ ਨਾਲ ਬਿਮਾਰੀਆਂ ਹੋ ਜਾਂਦੀਆਂ ਐਕਸੀਡੈਂਟ ਹੋ ਜਾਂਦੇ ਦਿੱਲੀ ਤੱਕ ਪਹੁੰਚ ਜਾਂਦਾ ਬਾਰ ਬਾਰ ਜਿਹੜੇ ਜਿਹੜੇ ਲੀਡਰਸ ਹੈ ਉਹ ਵੀ ਇਹ ਕਹਿੰਦੇ ਕਿ ਦਿੱਲੀ ਦੇ ਵਿੱਚ ਧੂਆਂ ਚਲਾ ਗਿਆ ਉਹਦੇ ਨਾਲ ਐਕਿਓ ਲੈਵਲ ਬਹੁਤ ਖਰਾਬ ਹੋ ਗਿਆ ਹਵਾ ਪ੍ਰਦੂਸ਼ਣ ਹੋ ਗਈ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਦਿੱਲੀ ਵਾਲੇ ਇੱਕ ਸਾਡਾ ਨਾ ਬਿਤਕਰਾ ਪੰਜਾਬ ਵਾਲੇ ਨਾਲ ਕਰਤੇ ਆ ਪੰਜਾਬ ਮੇ ਵੀ ਚਲੋ ਅਗਲਾ ਤਾਂ ਹਰਿਆਣੇ ਵੀ ਲੱਗਦਾ ਹੈ लागे कदी उसन को तो बोला नहीं वे साडे इधर आग लग गया हरियाणा में तो साडे ਧੂਆ ਆ ਗਿਆ ਪੰਜਾਬ ਕਾ ਜਿਆਦਾ ਧੂਆ ਚੱਲਦਾ ਹੈ 80 ਕਿਲੋਮੀਟਰ ਇਧਰ ਪਾਕਿਸਤਾਨ ਬੈਠਾ ਹੈ ਉਸ ਕੋ ਧੂਆ ਦਾ ਗਿਆਨ ਹੀ ਉਹਨੇ ਤਾਂ ਕਦੀ ਕੰਪਲੀਟ ਨਹੀਂ ਕੀਆ ਵੇ ਸਾਡੇ ਇਧਰ ਧੂਆ ਆ ਇਹ ਦਿੱਲੀ ਵਾਲੇ ਕੋ ਜਿਆਦਾ ਮੋਦੀ ਕੋ ਧੂਆ ਚਲੇ ਗਿਆ ਉਸ ਕੋ ਬਿਮਾਰੀ ਉੱਥੇ ਜਿਆਦਾ ਲੱਗਦਾ ਹੈ ਬਸ ਕਿਸਾਨਾਂ ਨਾਲ ਵਿਜ਼ਗਰਾ ਕਿਤੇ ਨਾ ਹਾਂ ਕਿਸਾਨਾਂ ਨਾਲ ਵਹੀ ਵਿਤਕਰਾ ਚੱਲਦਾ ਨਾ ਸਾਡੇ ਤੇ 24 ਘੰਟੇ ਅਸੀਂ ਰਹਿੰਦੇ ਆ ਆਪਣੇ ਖੇਤਾਂ ਵਿੱਚ ਰਹਿੰਦੇ ਆ ਅੱਗ ਵੀ ਲੱਗਦੀ ਆ ਹੋਰ ਭਰਾ ਵੀ ਲਗਾਤੇ ਹੋਣਗੇ ਮੈਂ ਮੰਨਦਾ ਹੈ ਪਰ ਉਹ ਕਦੀ ਵੀ ਨਹੀਂ ਸਾਡੇ ਕੋਈ ਬਿਮਾਰੀ ਕੋਈ ਧੂਏ ਨਾਲ ਪਰ ਆਡੀ ਦੀ ਬਿਮਾਰੀ ਨਾਲ ਕੋਈ ਬਿਮਾਰ ਨਹੀਂ ਹੋਇਆ ਨਾ ਕੋਈ ਇਦਾਂ ਦੀ ਗੱਲ ਹੋਈ ਆ ਇਹ ਤਾਂ ਸਰਕਾਰ ਜਿਹੜੀ ਇਹ ਸਾਡੇ ਤੇ ਇੱਕ ਥੋਪ ਰਹੀ ਆ ਵੀ ਇਹਨਾਂ ਦਾ ਕਰਦੇ ਸਾਨੂੰ ਝੋਨਾ ਬੰਦ ਕਰ ਦੇਣ ਸਾਨੂੰ ਹੋਰ ਐਮਐਸਬੀ ਹਾਲੂਆ ਤੇ ਦੇ ਦੇਣ ਮੱਕੀ ਤੇ ਦੇ ਦੇਣ ਸਾਨੂੰ ਕਮਾਹ ਤੇ ਦੇ ਦੇਣ ਅਸੀਂ ਕਦੀ ਨਹੀਂ ਲਾਈਏ ਹਾਂ ਕਦੀ ਵੀ ਨਾ ਬੀਜਾਂਗੇ ਅਸੀਂ ਤਾਂ ਆਪ ਕਹਿੰਨੇ ਵੀ ਤੁਹਾਡਾ ਝੋਨਾ ਬੰਦ ਕਰ ਦਿਓ ਅਸੀਂ ਮੱਕੀ ਬੀਜਦੇ ਨੇ ਆਲੂ ਲਾ ਦਿੰਨੇ ਆ ਕੀ ਅਪੀਲ ਕਰਨਾ ਚਾਹੁੰਦੇ ਆ ਸਰ ਜੀ ਅਸੀਂ ਇਹ ਕਰਦੇ ਆ ਵੀ ਸਾਡੇ ਲਈ ਜੇ ਪਰਚਾ ਦਾਰਦਿਕਾਰ ਦੇ ਆ ਕਰਦੇ ਆ ਤੁਸੀਂ ਇਹ ਬਹੁ ਮਾੜੀ ਗੱਲ ਕਰਦੇ ਜੇ ਕਿ ਇਹਦਾ ਕੀਲਾ ਦੋ ਕੀਲਾ ਰਹਿ ਵੀ ਜਾਂਦਾ ਕੋਈ ਵਿਚਾਰਾ ਬਹੁਤ ਦੂਰ ਫਸਿਆ ਆ ਉਹਦੇ ਬਹੁਤ ਮਜਬੂਰੀ ਆ ਆਲੂ ਲਾਉਣਾ ਆਲੂਆਂ ਦਾ ਜਿਹੜਾ ਆ ਬੀ ਆ ਉਹ ਹੁਣ ਬਹੁਤ ਸਾਡੇ ਕੋਲ ਟਾਈਮ ਸ਼ਾਰਟ ਰਹਿ ਗਿਆ ਇਹ ਜਿਹੜੀ ਦੁਆਬਾ ਬੈਲਟ ਆ ਇਹਦਾ ਆਲੂ ਜਿਹੜਾ ਬਹੁਤ ਵਧੀਆ ਆ ਉਹ ਬੀ ਲੈ ਕੇ ਜਾਂਦੇ ਆ ਇਥੋਂ ਤੇ ਜੇਕਰ ਸਾਨੂੰ ਇਹ ਇਦਾਂ ਤਾਂ ਕਰਨਗੇ ਗਾਂ ਹੋਰ ਸਟੇਟ ਨੂੰ ਵੀ ਉਹ ਜਿਹੜਾ ਵਿਚਾਰੇ ਆਲੂ ਲੈ ਕੇ ਜਾਂਦੇ ਉਹ ਵੀ ਤੰਗ ਹੋ ਜਾਣਗੇ ਇਸ ਕਰਕੇ ਇਹ ਬੇਨਤੀ ਕਰਦੇ ਆ ਥੋੜਾ ਸਾਡਾ ਮਸਲਾ ਹੱਲ ਪ੍ਰਾਈ ਦਾ ਕਰ ਦੇਣ ਅਸੀਂ ਪ੍ਰਾਈ ਨੂੰ ਨਹੀਂ ਅੱਗ ਲਾਵਾਂਗੇ ਬਿਲਕੁਲ ਜਿਸ ਤਰ੍ਹਾਂ ਕਿ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਕੀਤੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਕਿ ਮਜਬੂਰੀ ਕਿਤੇ ਨਾ ਕਿਤੇ ਹੋ ਜਾਂਦੀ ਹੈ ਜਿਹੜੇ ਛੋਟੇ ਕਿਸਾਨ ਹੁੰਦੇ ਆ ਉਹਨਾਂ ਤੱਕ ਜਿਹੜੇ ਸੋਸਾਇਟੀਆਂ ਵੱਲੋਂ ਜਿਹੜੀ ਮਸ਼ੀਨਰੀ ਭੇਜੀ ਜਾਂਦੀ ਹੈ ਜਾਂ ਟਰੈਕਟਰ ਭੇਜੇ ਜਾਂਦੇ ਉਹ ਵੀ ਨਹੀਂ ਪਹੁੰਚਦੇ ਫਿਰ ਉਹ ਜਿਹੜੇ ਫਸਲ ਦੇ ਵਿੱਚ ਜਿਹੜੀ ਦੂਸਰੀ ਫਸਲ ਉਗਾਣੀ ਹੁੰਦੀ ਹੈ ਉਹ ਵੀ ਲੇਟ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਦੀ ਮਜਬੂਰੀ ਵੱਧ ਜਾਂਦੀ ਹੈ ਜਿਸ ਤਰ੍ਹਾਂ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ 5000 ਤੋਂ ਜ਼ਿਆਦਾ ਦਾ ਖ ਇੱਕ ਖੇਤਾਂ ਦਾ ਪਰਾਲੀ ਚੱਕਣ ਦਾ ਜਿਸ ਕਾਰਨ ਜਿਹੜਾ ਕਿਸਾਨ ਮਜਬੂਰਨ ਇਸ ਪਰਾਲੀ ਨੂੰ ਅੱਗ ਲਗਾਉਂਦਾ ਪਰ ਉੱਥੇ ਹੀ ਜੜੇ ਸਰਕਾਰਾਂ ਬਾਰ ਬਾਰ ਕਿਸਾਨਾਂ ਨੂੰ ਅਪੀਲ ਕਰਦੀਆਂ ਨਜ਼ਰ ਆ ਰਹੀਆਂ ਕਿ ਪਰਾਲੀ ਨੂੰ ਅੱਗ ਜੜੀ ਨਾ ਲਾਈ ਜਾਵੇ ਕੈਮਰਾਮੈਨ ਰੇਸ਼ੋ ਦੇ ਨਾਲ ਮਨਵੀਰ ਸੱਬਰਵਾਲ ਫੈਕਟ ਨਿਊਜ਼ ਜਲੰਧਰ